ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਕੀ ਹਾਲ ਚਾਲ ਤੁਹਾਡਾ? ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਕਿਚਨ ਮੋਨਾ ਢਿੱਲੋਂ ਕੁਕਿੰਗ ਵਲੌਗਸ ਵਿੱਚ। ਅੱਜ ਆਪਾਂ ਆਪਣੇ ਕਿਚਨ ਦੇ ਵਿੱਚ ਬਣਾਵਾਂਗੇ ਸਭ ਦੀ ਫੇਵਰੇਟ ਸਬਜ਼ੀ, ਭਿੰਡੀ ਦੀ ਸਬਜ਼ੀ। ਬੱਚੇ ਵੀ ਵੱਡੇ ਵੀ ਸਾਰੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਆ, ਸਭ ਦੀ ਫੇਵਰੇਟ ਸਬਜ਼ੀ ਹੈ। ਇਹ ਤਾਜ਼ੀਆਂ ਤਾਜ਼ੀਆਂ ਘਰ ਦੀਆਂ ਭਿੰਡੀਆਂ ਆ, ਇੱਕ ਪਾਈਆ ਹੋਣਗੀਆਂ ਸ਼ਾਇਦ, ਕਿਉਂਕਿ ਘਰੋਂ ਇੰਨੀਆਂ ਕਿ ਲੱਤ ਦੀਆਂ। ਇਹਨਾਂ ਨੂੰ ਆਪਾਂ ਬਣਾਵਾਂਗੇ ਪਿਆਜ਼ ਪਾ ਕੇ, ਬਹੁਤ ਹੀ ਟੇਸਟੀ। ਆ ਜਾਓ ਫਿਰ ਦੇਖਦੇ। ਲਓ ਜੀ ਦੇਖੋ ਕਿੰਨੀਆਂ ਫਰੈਸ਼ ਫਰੈਸ਼ ਭਿੰਡੀਆਂ ਆ, ਬਿਲਕੁਲ ਸੌਫਟ ਅਤੇ ਬਹੁਤ ਵਧੀਆ। ਆਪਾਂ ਇਹਨੂੰ ਲੰਬੇ ਲੰਬੇ ਕੱਟ ਕੇ ਬਣਾਵਾਂਗੇ, ਨਾਲ ਪਿਆਜ਼ ਪਾ ਕੇ, ਬਹੁਤ ਹੀ ਟੇਸਟੀ ਬਣਦੀਆਂ। ਇਹਦੇ ਵਾਸਤੇ ਮੈਂ 4 ਪਿਆਜ਼ ਲਏ ਮੀਡੀਅਮ ਸਾਈਜ਼। ਇਹਨਾਂ ਦੀ ਆਪਾਂ ਪੈਟਲਸ ਜਿਹੜੀਆਂ ਉਹ ਕੱਢ ਲੈਣੀਆਂ ਆ, ਇਸ ਤਰ੍ਹਾਂ ਕੱਟ ਕੇ ਇਹਨਾਂ ਨੂੰ 4 ਹਿੱਸੇ ਕਰ ਲੈਣੇ ਇੱਕ ਦੇ, ਅਤੇ ਜਿਹੜੇ ਬਾਹਰਲੀਆਂ ਪੈਟਲਸ ਕੱਢ ਲੈਣੀਆਂ। ਜਿਹੜੇ ਅੰਦਰਲਾ ਹਿੱਸਾ ਆ ਉਹ ਆਪਾਂ ਹੋਰ ਕਿਸੇ ਸਬਜ਼ੀ ਦੀ ਗ੍ਰੇਵੀ ਵਿੱਚ ਯੂਜ਼ ਕਰ ਸਕਦੇ ਹਾਂ। ਆ ਦੇਖੋ ਇਸ ਤਰ੍ਹਾਂ ਅੱਡ ਅੱਡ ਕਰ ਲੈਣੀ ਆ। ਇਹ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ, ਪਰੌਂਠਿਆਂ ਨਾਲ, ਦਾਲ ਚੌਲ ਨਾਲ ਬਹੁਤ ਟੇਸਟੀ ਲੱਗਦੀ ਹੈ, ਰੋਟੀ ਨਾਲ ਵੀ ਬਹੁਤ ਸਵਾਦ ਲੱਗਦੀ ਹੈ। ਜਿੰਨੀਆਂ ਵੀ ਗਰਮੀਆਂ ਦੀਆਂ ਸਬਜ਼ੀਆਂ ਆ, ਇਹ ਸਬਜ਼ੀ ਸਭ ਤੋਂ ਫੇਵਰੇਟ ਸਬਜ਼ੀ ਹੈ ਸਾਰਿਆਂ ਦੀ, ਅਤੇ ਬਹੁਤ ਹੀ ਟੇਸਟੀ ਬਣਦੀ ਹੈ। ਇਹ ਦੇਖੋ ਸਾਰੇ ਪੈਟਲਸ ਆਪਾਂ ਤਿਆਰ ਕਰ ਲਏ ਆ, ਹੁਣ ਆਪਾਂ ਭਿੰਡੀਆਂ ਵੀ ਕੱਟ ਕੇ ਤਿਆਰ ਕਰ ਲਵਾਂਗੇ। ਭਿੰਡੀਆਂ ਨੂੰ ਆਪਾਂ ਲੰਬਾ ਲੰਬਾ ਕੱਟਣਾ ਆ, ਦੋਵੇਂ ਪਾਸੇ ਇਹਨੂੰ ਥੋੜ੍ਹਾ ਥੋੜ੍ਹਾ ਟ੍ਰਿਮ ਕਰ ਲਵਾਂਗੇ ਅਤੇ ਇਹਨੂੰ ਲੰਬੀ ਸ਼ੇਪ 'ਚ ਕੱਟ ਲਵਾਂਗੇ। ਇਹ ਭਿੰਡੀਆਂ ਤੁਸੀਂ ਨਰਮ ਵੇਖ ਕੇ ਲੈਣੀਆਂ ਜੇ ਬਾਜ਼ਾਰੋਂ ਲੈ ਰਹੇ ਹੋ, ਕਿਉਂਕਿ ਜਿਹੜੀਆਂ ਪੱਕੀਆਂ ਹੁੰਦੀਆਂ ਉਹਨਾਂ ਦੇ ਵਿੱਚ ਬੀਜ ਬਹੁਤ ਸਖਤ ਹੁੰਦੇ ਆ, ਉਹ ਅੱਛੀਆਂ ਨਹੀਂ ਬਣਦੀਆਂ। ਇਹ ਦੇਖੋ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲਈਆਂ ਆ। ਤੁਸੀਂ ਦੇਖਿਆ ਹੋਏਗਾ ਜਿਹੜਾ ਸਬਜ਼ੀ ਦਾ ਟੇਸਟ ਆ ਉਹਦੀ ਕਟਿੰਗ 'ਤੇ ਅਤੇ ਉਹਦੀ ਸ਼ੇਪ 'ਤੇ ਡਿਪੈਂਡ ਕਰਦਾ ਆ, ਕਟਿੰਗ ਦੇ ਹਿਸਾਬ ਨਾਲ ਹੀ ਟੇਸਟ ਆਉਂਦਾ ਸਬਜ਼ੀ ਦਾ। ਤੇਲ ਆਪਾਂ 4 ਚਮਚ ਲੈ ਲਿਆ ਆ ਇੱਕ ਕੜਾਹੀ ਦੇ ਵਿੱਚ, ਅਤੇ ਉਹਨੂੰ ਆਪਾਂ ਸਾੜ ਲਿਆ ਚੰਗੀ ਤਰ੍ਹਾਂ। ਹੁਣ ਆਪਾਂ ਪਾ ਦੇਵਾਂਗੇ ਉਹਦੇ ਵਿੱਚ ਪੈਟਲਸ ਜਿਹੜੇ ਕੱਟੇ ਹੋਏ, ਪਹਿਲਾਂ ਇਹ ਪਾਉਣੇ ਆ। ਇਹਨੂੰ ਆਪਾਂ 4-5 ਮਿੰਟ ਲਈ ਰੋਸਟ ਕਰ ਲਵਾਂਗੇ, ਜਦੋਂ ਇਹ ਥੋੜ੍ਹਾ ਚੇਂਜ ਹੋ ਜਾਏਗਾ ਕਲਰ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ। ਇਸ ਤਰ੍ਹਾਂ ਕਰਨ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਜੇ ਤੁਸੀਂ ਇਕੱਠੇ ਪਾ ਦੋਗੇ ਦੋਵੇਂ ਚੀਜ਼ਾਂ ਤਾਂ ਉਹ ਕਿੱਪਾ ਜਿਹਾ ਬਣ ਜਾਣਾ ਆ, ਉਹ ਵਧੀਆ ਨਹੀਂ ਸਬਜ਼ੀ ਬਣਨੀ, ਖਿਲੀ ਖਿਲੀ ਨਹੀਂ ਬਣੂਗੀ। ਦੇਖੋ ਤੁਸੀਂ ਇਹਦਾ ਕਲਰ ਚੇਂਜ ਹੋ ਗਿਆ ਆ, ਹਲਕੇ ਇਹਨਾਂ ਨੂੰ ਆਪਾਂ ਗੋਲਡਨ ਕਰਨਾ ਆ। ਤੁਸੀਂ ਦੇਖ ਸਕਦੇ ਹੋ ਹਲਕੇ ਗੋਲਡਨ ਹੋ ਗਏ, ਇਹਨਾਂ ਨੂੰ ਆਪਾਂ ਹੁਣ ਬਾਹਰ ਕੱਢ ਲਵਾਂਗੇ ਪਲੇਟ ਦੇ ਵਿੱਚ। ਇਸ ਤਰ੍ਹਾਂ ਤੇਲ ਥੋੜ੍ਹਾ ਨਿਚੋੜ ਕੇ ਕੱਢ ਲਵਾਂਗੇ, ਕਿਉਂਕਿ ਇਹਨਾਂ ਦੇ ਵਿੱਚ ਤੇਲ ਸ਼ੇਪ ਹੀ ਇਹਨਾਂ ਦੀ ਇਹੋ ਜਿਹੀ ਹੈ, ਇੱਕ ਪਾਸੇ ਇਹਨਾਂ ਦੇ ਤੇਲ ਭਰ ਸਕਦਾ ਹੈ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚਾਂ ਥੋੜ੍ਹੀਆਂ ਸੁੱਕੀਆਂ, ਇਹ ਆਪਸ਼ਨਲ ਆ, ਤੁਸੀਂ ਪਾਉਣੀਆਂ ਚਾਹੋ ਤਾਂ ਪਾ ਸਕਦੇ ਹੋ। ਅਤੇ ਨਾਲ ਹੀ ਆਪਾਂ ਪਾਵਾਂਗੇ 1/2 ਚਮਚ ਜੀਰਾ, ਇਹਨੂੰ ਆਪਾਂ ਥੋੜ੍ਹਾ ਜਿਹਾ ਭੁੰਨ ਲਵਾਂਗੇ। ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ, ਹਰੀਆਂ ਮਿਰਚਾਂ ਵੀ ਮੈਂ ਉਸੇ ਸ਼ੇਪ ਦੇ ਵਿੱਚ ਕੱਟੀਆਂ ਨੇ, ਲੰਮੀਆਂ ਲੰਮੀਆਂ। ਜੇ ਤੁਸੀਂ ਬੱਚਿਆਂ ਲਈ ਬਣਾ ਰਹੇ ਹੋ ਤਾਂ ਇਹਨਾਂ ਨੂੰ ਸਕਿੱਪ ਕਰ ਸਕਦੇ ਹੋ। ਇਹਨਾਂ ਨੂੰ ਵੀ ਆਪਾਂ ਭੁੰਨ ਲਵਾਂਗੇ ਹਰੀਆਂ ਮਿਰਚਾਂ ਪਹਿਲਾਂ ਤੇਲ ਦੇ ਵਿੱਚ, ਭੁੰਨਣ ਨਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਬਣਦਾ ਹੈ। ਇਹ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ। ਜੇ ਤੁਸੀਂ ਮੇਰੀ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ, ਪਹਿਲੀ ਵਾਰੀ ਚੈਨਲ 'ਤੇ ਆਏ ਹੋ, ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਨਾਲ ਬੈੱਲ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਪਹੁੰਚ ਸਕੇ। ਅਤੇ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰਿਆ ਕਰੋ। ਭਿੰਡੀਆਂ ਨੂੰ ਵੀ ਆਪਾਂ 4-5 ਮਿੰਟ ਤੱਕ ਭੁੰਨਾਂਗੇ ਕਲਰ ਚੇਂਜ ਹੋਣ ਤੱਕ। ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਚੇਂਜ ਹੋ ਰਿਹਾ ਆ।
ਤੇਲ ਆਪਾਂ ਹੋਰ ਨਹੀਂ ਪਾਉਣਾ, ਤੇਲ ਆਪਾਂ ਉਨਾ ਹੀ ਰੱਖਣਾ ਆ ਕਿਉਂਕਿ ਜ਼ਿਆਦਾ ਤੇਲ ਚੰਗਾ ਨਹੀਂ ਲੱਗਦਾ ਫਿਰ ਵਿੱਚ। ਭਿੰਡੀਆਂ ਦੇ ਗੋਲਡਨ ਹੋਣ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਕੱਢ ਕੇ ਰੱਖੇ ਸੀ ਉਹ ਵਿੱਚ ਐਡ ਕਰ ਦੇਵਾਂਗੇ ਅਤੇ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਦੇਵਾਂਗੇ ਮਿਕਸ ਮਿਕਸ ਮਿਕਸ। ਹੁਣ ਆਪਾਂ ਪਾਵਾਂਗੇ ਇਹਨਾਂ 'ਤੇ ਡਰਾਈ ਮਸਾਲੇ, ਛੋਟਾ ਚਮਚ ਪਾਵਾਂਗੇ ਨਮਕ ਦਾ, ਨਾਲ ਹੀ ਆਪਾਂ ਅੱਧਾ ਚਮਚ ਪਾਵਾਂਗੇ ਹਲਦੀ ਦਾ, ਅੱਧਾ ਚਮਚ ਹੀ ਕਸ਼ਮੀਰੀ ਲਾਲ ਮਿਰਚ। ਮੈਂ ਦੂਸਰੀ ਮਿਰਚ ਨਹੀਂ ਪਾਈ, ਤੁਸੀਂ ਚਾਹੋ ਤਾਂ ਪਾ ਸਕਦੇ ਹੋ ਰੈਗੂਲਰ ਮਿਰਚ। ਅਤੇ ਇੱਕ ਚਮਚ ਪਾਇਆ ਧਨੀਆ ਪਾਊਡਰ। ਭਿੰਡੀਆਂ ਦੇ ਵਿੱਚ ਨਮਕ ਮਿਰਚ ਹਿਸਾਬ ਨਾਲ ਪਾਇਓ ਕਿਉਂਕਿ ਪਹਿਲਾਂ ਇਹ ਦੇਖਣ ਨੂੰ ਜ਼ਿਆਦੀਆਂ ਲੱਗਦੀਆਂ ਹੁੰਦੀਆਂ ਅਤੇ ਬਣ ਕੇ ਥੋੜ੍ਹੀਆਂ ਜਿਹੀਆਂ ਹੋ ਜਾਂਦੀਆਂ। ਲਓ ਜੀ, 2-3 ਮਿੰਟ ਲਈ ਆਪਾਂ ਢੱਕ ਕੇ ਪਕਾ ਲਈਆਂ ਆ। ਨਮਕ ਮਿਰਚ ਪਾਉਣ ਤੋਂ ਬਾਅਦ ਦੋਵੇਂ ਮਿਕਸ ਹੋ ਗਏ ਆ, ਬਹੁਤ ਵਧੀਆ ਲੱਗ ਰਹੀ ਆ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕਲਰ ਬਣਿਆ ਆ। ਇਹਦੇ ਨਾਲ ਜੇ ਰਾਇਤਾ ਹੋਵੇ ਬਹੁਤ ਸਵਾਦ ਲੱਗਦਾ ਆ। ਹੁਣ ਆਪਾਂ ਪਾ ਦੇਵਾਂਗੇ ਥੋੜ੍ਹਾ ਜਿਹਾ ਗਰਮ ਮਸਾਲਾ ਲਾਸਟ ਵਿੱਚ। ਸਬਜ਼ੀ ਆਪਣੀ ਆਲਮੋਸਟ ਤਿਆਰ ਆ। 2 ਚਮਚ ਪਾਵਾਂਗੇ ਦੇਸੀ ਘਿਓ ਦੇ। ਦੇਸੀ ਘਿਓ ਪਾਉਣ ਨਾਲ ਇਹਦਾ ਟੇਸਟ ਬਹੁਤ ਇਨਹੈਂਸ ਹੋ ਜਾਂਦਾ, ਬਹੁਤ ਜ਼ਿਆਦਾ ਟੇਸਟੀ ਹੋ ਜਾਂਦੀ ਸਬਜ਼ੀ। ਇਹ ਵੀ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਿਓ। ਲਓ ਜੀ, ਸਬਜ਼ੀ ਆਪਣੀ ਤਿਆਰ ਆ। ਹੁਣ ਆਪਾਂ ਇਹਦੇ ਵਿੱਚ ਅਜੇ ਤੱਕ ਕੋਈ ਖਟਿਆਈ ਮਿਕਸ ਨਹੀਂ ਕੀਤੀ। ਹੁਣ ਆਪਾਂ ਪਾਵਾਂਗੇ 1 ਨਿੰਬੂ ਦਾ ਰਸ ਲਾਸਟ 'ਤੇ। ਇਹਦੇ ਨਾਲ ਬਹੁਤ ਜ਼ਿਆਦਾ ਟੇਸਟ ਹੋਰ ਵਧੀਆ ਹੋ ਜਾਂਦਾ ਕਿਉਂਕਿ ਭਿੰਡੀਆਂ ਦੇ ਵਿੱਚ ਥੋੜ੍ਹਾ ਜਿਹਾ ਖੱਟਾਪਨ ਵੀ ਹੋਣਾ ਚਾਹੀਦਾ। ਨਿੰਬੂ ਪਾ ਕੇ ਸਿਰਫ 8-10 ਸੈਕਿੰਡ ਹੀ ਪਕਾਉਣਾ ਆ ਅਤੇ ਉਸ ਤੋਂ ਬਾਅਦ ਆਪਾਂ ਕਰ ਦਾਂਗੇ ਸਰਵ। ਦੇਖੋ ਕਿੰਨੀਆਂ ਵਧੀਆ ਲੱਗ ਰਹੀਆਂ ਵਾ, ਭਿੰਡੀਆਂ ਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ, ਦੇਖ ਕੇ ਦਿਲ ਕਰਦਾ ਖਾ ਲਈਏ। ਮੇਰੀਆਂ ਵੀਡੀਓਜ਼ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਅਤੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ। ਠੀਕ ਹੈ ਜੀ, ਤੁਸੀਂ ਵੀ ਬਣਾਓ, ਖਾਓ, ਬੱਚਿਆਂ ਨੂੰ ਖਵਾਓ, ਟਿਫਨ ਦੇ ਵਿੱਚ ਵੀ ਤੁਸੀਂ ਦੇ ਸਕਦੇ ਹੋ। ਹਰੀਆਂ ਸਬਜ਼ੀਆਂ ਵੈਸੇ ਵੀ ਸਿਹਤ ਵਾਸਤੇ ਬਹੁਤ ਫਾਇਦੇਮੰਦ ਆ। ਅੱਜ ਕੱਲ੍ਹ ਬਾਜ਼ਾਰ ਦੇ ਵਿੱਚ ਬੜੀਆਂ ਫਰੈਸ਼ ਸਬਜ਼ੀਆਂ ਆ ਰਹੀਆਂ ਹਰੀਆਂ, ਇਹਨਾਂ ਦਾ ਫਾਇਦਾ ਉਠਾਓ। ਓਕੇ ਜੀ, ਤੁਸੀਂ ਵੀ ਬਣਾਓ, ਖਾਓ, ਆਨੰਦ ਲਓ। ਓਕੇ ਜੀ, ਬਾਏ, ਲਵ ਯੂ ਆਲ।